ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਚੱਲਦੇ ਹਾਂ ਕੰਮ ਨਾਲ ਥੋੜ੍ਹੇ, ਠੀਕ ਆ। ਵਲੋਗ ਆਇਆ ਦਿਨ ਤਾਂ ਪਹਿਲੀ ਵਾਰੀ ਵਲੋਗ ਬਣਾ ਰਿਹਾ ਮੈਂ, ਉੱਦਾਂ ਬਣਾਉਂਦਾ ਨਹੀਂ, ਠੀਕ ਆ। ਅਤੇ ਚਲੋ ਉੱਥੇ ਨਾਲ ਚੱਲਦੇ ਹਾਂ। ਅਤੇ ਹੁਣ ਸ਼ੋਪ 'ਤੇ ਪਹੁੰਚ ਕੇ ਆਏ ਅਤੇ ਇਹਨਾਂ ਨੇ ਕਿਹਾ ਵਾ ਆਜ਼ਾਦਪੁਰ ਮਿਲਣ ਦੀ, ਅਤੇ ਹੁਣ ਆਜ਼ਾਦਪੁਰ ਚੱਲਦੇ ਹਾਂ। ਪਹਿਲਾਂ ਜਿਹੜਾ ਸਮਾਨ ਲੈਣ ਜਾ ਰਹੇ ਹਾਂ, ਫਿਰ ਤੁਹਾਨੂੰ ਪਤਾ ਲੱਗੂਗਾ ਕੀ ਸਮਾਨ ਆ। ਜੀ ਖਾਲਸਾ ਜੀ ਫਤਿਹ। ਸਵੇਰ ਦੇ ਆਪਾਂ ਭੱਲ ਗਏ ਸੀ, ਸਾਨੂੰ ਕੰਮ ਆ ਗਈ, ਠੀਕ ਆ। ਹੁਣ ਚਾਹ ਛਾਕ ਰਹੇ ਸੀ, ਚਾਹ ਛਾਕਦੇ ਹੋਏ ਯਾਦ ਆ ਸਾਨੂੰ ਕੰਮ ਵੀ ਆ ਜਿਹੜਾ ਉਹ, ਅਤੇ ਪਹਿਲਾਂ ਕੰਮ ਦਾ ਜਿਹਾ ਕੰਮ ਵੀ ਆ। ਆਪਾਂ ਜਿਹੜਾ ਤੀਰ ਕਮਾਨ ਲਾਏ ਸੀ, ਤੀਰਾਂ ਲਈ ਪੱਠਾ ਚਾਹੀਦਾ ਵਾ, ਪੱਠੇ ਲਈ ਸਮਾਨ ਚਾਹੀਦਾ ਸੀ ਅੱਜ ਲੈ ਕੇ ਆਉਣਾ। ਅਤੇ ਜਿੰਨੇ ਆਪਾਂ ਚੰਗੇ ਟਾਈਮ ਹੋਣ ਡਿਆ ਭਰਾਵਾ, ਟਾਈਮ ਕੀ ਹੋਣ ਡਿਆ ਵਾ, 6 ਵੱਜ ਗਏ ਆ, ਠੀਕ ਆ। 6 ਵੱਜ ਗਏ ਅਤੇ ਆਪਾਂ ਚਾਹ ਛਾਕ ਰਹੇ ਹਾਂ। ਕੰਮ ਆਪਾਂ ਇੱਕ ਨਹੀਂ ਕੀਤਾ, ਨਾ ਤੀਰ ਲੈ ਕੇ ਆਏ, ਨਾ ਪੱਠੇ ਲਈ ਸਮਾਨ ਲੈ ਕੇ ਆਏ। ਹੁਣ ਗੱਲ ਆ ਵਾ ਕਿ ਇੱਥੇ ਤੀਰ ਮਿਲਦੇ ਨਹੀਂ ਛੇਤੀ। ਜਾਂ ਤਾਂ ਮੈਨੂੰ ਜਾਣਾ ਸੀ ਗਾਜ਼ੀਆਬਾਦ ਤੀਰ ਲੈਣ, ਜਾਂ ਗੁੜਗਾਓਂ ਜਾਣਾ ਸੀ। ਇਹਨਾਂ ਦੋਵਾਂ 'ਚ ਕੋਈ ਇੱਕ ਤਾਂ ਸੀ ਜਿਹੜੀ ਆਪਾਂ ਔਨਲਾਈਨ ਕੱਢੀ, ਅਤੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਜਾਣ ਦਾ, ਕਿਉਂਕਿ ਜੇ ਗਿਆ ਤਾਂ 12-1 ਵਜੇ ਤੋਂ ਪਹਿਲਾਂ ਨਹੀਂ ਹੁੰਦਾ ਮੈਂ ਘਰ। ਫਿਰ ਮੈਂ ਸੋਚਿਆ ਇੱਕ ਬੁਰਾੜੀ 'ਚ ਔਨਲਾਈਨ ਦਿਖਾਉਣ ਡਿਆ ਵਾ, ਉਹਦੇ ਕੋਲ ਚਲੀਏ, ਪੁੱਛ ਕੇ ਆਈਏ ਤੀਰ ਕਿੰਨੇ ਦੇ ਆ, ਜੇ ਪੱਠਾ ਹੋ ਸਕੇ ਉਹਦੇ ਕੋਲ ਤਾਂ ਉਹਦੇ ਕੋਲੋਂ ਲੈ ਲਾਂਗੇ, ਨਹੀਂ ਤਾਂ ਆਪ ਬਣਾਵਾਂਗੇ ਸਮਾਨ। ਆਪਾਂ ਦੇਖਦੇ ਹਾਂ ਕਿੱਦਾਂ ਲੱਗੂਗਾ। ਆਪਾਂ ਚਾਹ ਛਾਕ ਲਈ ਆ, ਅਤੇ ਪਹਿਲਾ ਕੰਮ ਜਿਹੜਾ ਸਾਡਾ ਹੈ ਉਹ ਹੈ ਪੱਥਾ ਕਿਸ ਤਰੀਕੇ ਦਾ ਬਣਾਈਏ, ਇਹ ਸੋਚ ਕੇ ਬੈਠਾ ਮੈਂ। ਦੇਖੋ ਪੱਥੇ ਵੀ 2 ਤਰੀਕੇ ਦੇ ਨਾਲ ਹੁੰਦੇ ਆ, ਇੱਕ ਜਿਹਨੂੰ ਆਪਾਂ ਪਿੱਛੇ ਟੰਗ ਲਈਏ ਇੱਥੇ ਜਿਹੜੇ ਤੀਰ ਹੁੰਦੀ ਆ, ਅਤੇ ਇੱਕ ਹੁੰਦਾ ਇੱਥੇ ਲੱਗ ਜੇ ਕਮਰ 'ਚ, ਜਿਹਨੂੰ ਬੈਲਟ 'ਚ ਪਾ ਲਓ ਜਾਂ ਕਮਰ ਕੱਸੇ 'ਚ ਟੰਗ ਲਓ। ਅਤੇ ਮੈਂ ਸੋਚ ਰਿਹਾ ਕਿ ਆਪਾਂ ਇੱਦਾਂ ਦਾ ਬਣਾਈਏ ਜਿਹਨੂੰ ਦੋਵੇਂ ਚੀਜ਼ ਕਰ ਸਕੀਏ, ਇੱਥੇ ਰੱਖੀਏ ਤਾਂ ਇੱਦਾਂ ਵੀ ਆ ਜੇ, ਇੱਧਰ ਵੀ ਆ ਜੇ, ਜਦੋਂ ਜਿਹੜੀ ਚੀਜ਼ ਦੀ ਲੋੜ ਪਵੇ ਉੱਦਾਂ ਆ ਜੇ। ਅਤੇ ਮੈਂ ਤੁਹਾਨੂੰ ਡਿਜ਼ਾਇਨ ਦੱਸਦਾ ਕਿੱਦਾਂ। ਦੇਖੋ ਭਰਾਓ, ਮੇਰੀ ਨਾ ਡਰਾਇੰਗ ਬਹੁਤ ਬੇਕਾਰ ਆ, ਠੀਕ ਆ, ਅਤੇ ਜੇ ਸਮਝ ਪੈ ਜਾਏ ਤਾਂ ਦੱਸ ਦਿਓ, ਠੀਕ ਆ। ਕੁਛ ਇੱਦਾਂ ਡਿਜ਼ਾਇਨ ਆ, ਇੱਕ ਸੈਕਿੰਡ, ਹਾਂ ਹੁਣ ਠੀਕ ਆ, ਹੱਥ ਸਹੀ ਆ ਨਾ ਮੇਰਾ। ਇੱਦਾਂ ਡਿਜ਼ਾਇਨ ਆ, ਆਹ ਪੱਥਾ ਆ, ਠੀਕ ਆ, ਆਹ ਪੂਰਾ PVC ਨਾਲ ਹੋਊਗਾ, ਇਹਨੂੰ ਆਹ PVC ਨਾਲ ਬਣਾਵਾਂਗੇ। ਅਤੇ ਇੱਕ ਇੱਥੇ ਆਹ ਪੋਕਿਟ ਆ, ਠੀਕ ਆ, ਛੋਟੀ ਜਿਹੀ ਪੋਕਿਟ ਆ, ਇਹਦੇ 'ਚ ਆਪਾਂ ਰੱਖ ਸਕਦੇ ਹਾਂ ਜਿਹੜਾ ਤੀਰ ਕਮਾਨ ਜੋ ਵੀ ਸਮਾਨ ਦੀ ਸਾਨੂੰ ਲੋੜ ਹੋਵੇ, ਐਕਸਟਰਾ ਪੁਆਇੰਟਸ ਚਾਹੀਦੇ ਆ ਉਹ ਰੱਖ ਸਕਦੇ ਹਾਂ, ਵੀ ਕੋਈ ਵੀ ਚੀਜ਼ ਆਪਾਂ ਰੱਖ ਸਕਦੇ ਪੋਕਿਟ 'ਚ। ਅਤੇ ਨਾਲ ਆ ਟੰਗਣ ਵਾਲਾ, ਅਤੇ ਇੱਥੇ ਹੋਵੇਗਾ ਇੱਕ ਹੁੱਕ, ਅਤੇ ਉਹ ਹੁੱਕ ਨਾਲ ਆਪਾਂ ਬੈਲਟ 'ਚ ਵੀ ਬੰਨ ਲਾਂਗੇ ਜੇ ਆਪਾਂ ਬੈਲਟ ਪਾਈ ਹੋਵੇ, ਨਹੀਂ ਤਾਂ ਕਮਰਕਸੇ 'ਚ ਪਾ ਲਾਂਗੇ, ਇਹਨੂੰ ਹੁੱਕ 'ਚ ਕਮਰਕਸਾ ਪਾ ਕੇ ਆਰਾਮ ਨਾਲ ਪੈ ਜੂਗਾ। ਅਤੇ ਆਹੀ ਮੈਂ ਸੋਚਣ ਡਿਆ ਸੀ, ਆਹ ਡਿਜ਼ਾਇਨ ਆ ਸਮਾਨ ਆ ਜਿਹਨੂੰ ਆਪਾਂ ਯੂਜ਼ ਕਰਨਾ, ਇੱਦਾਂ ਕੋਈ ਯੂਜ਼ ਨਹੀਂ, ਮੈਂ ਫਾਲਤੂ 'ਚ ਲੈ ਕੇ ਆਇਆ, ਠੀਕ ਆ, ਆਹ ਯੂਜ਼ ਕਰਾਂਗੇ, ਠੀਕ ਆ। ਇਹਦੇ ਨਾਲ ਨੱਪ ਕੇ ਕਿੰਨਾ ਕੱਟਣਾ ਕਿੰਨਾ ਆ, ਉਹਨੂੰ ਕੱਟ ਕੇ ਨਾ ਦੋਵੇਂ ਪਾਸੇ ਤੋਂ ਨਾਲੇ ਤਾਂ ਛੱਡ ਦਾਂਗੇ, ਇੱਧਰੋਂ ਕੱਟ ਕੇ ਇਹਨੂੰ ਜਿੰਨੀ ਸਾਈਜ਼ ਦਾ ਸਾਨੂੰ ਚਾਹੀਦਾ ਆ, ਫਿਰ ਇਹਨੂੰ ਗਰਮ ਕਰਕੇ ਆਪਾਂ ਦਬਾ ਦਾਂਗੇ, ਠੀਕ ਆ। ਉਹ ਸਭ ਕਰਕੇ ਨਾ ਪਹਿਲਾਂ ਇਹਦਾ ਸਾਈਜ਼ ਲੈ ਕੇ ਫਿਰ ਕੱਢਦੇ ਹਾਂ। ਹੁਣ ਸਭ ਤੋਂ ਪਹਿਲਾਂ ਮੇਰਾ ਕੰਮ ਆ ਨੱਪਣਾ ਅਤੇ ਕੱਟਣਾ, ਨੱਪਦੇ ਹਾਂ, ਕੱਟਦੇ ਹਾਂ, ਫਿਰ ਉਹਨੂੰ ਤਾਂ ਦੇਖਦੇ ਹਾਂ ਕਿੰਨਾ ਆਪਾਂ ਚਾਹੀਦਾ ਵਾ, ਕਿੰਨਾ ਸਾਨੂੰ ਚਾਹੀਦਾ ਹੈ, ਕਿੰਨਾ ਸਾਡੇ ਲਈ ਫਾਲਤੂ ਆ, ਠੀਕ ਆ। ਇੰਨਾ ਉੱਤਰ ਹੀ ਉੱਤੇ ਰਹੇ ਇੰਨਾ, ਠੀਕ ਆ, ਇੰਨਾ ਉੱਤੇ ਰਹਿਣਾ ਚਾਹੀਦਾ ਆ, ਅਤੇ ਉਹ ਕੱਢੀਏ ਤਾਂ ਆਰਾਮ ਨਾਲ ਕੱਢ ਸਕੀਏ। ਅਤੇ ਉਹਦੇ ਲਈ ਆਹ ਪਾਸੇ ਨੂੰ ਆਪਾਂ ਉੱਤੇ ਰੱਖਦੇ ਹਾਂ, ਰੱਖਦੇ ਹਾਂ ਨੀਚੇ, ਠੀਕ ਆ,
ਆਪਾਂ ਇਹ ਕੱਟ ਲਿਆ ਵਾ ਠੀਕ ਆ ਇੰਨੇ ਬਾਹਰ ਰਹਿਣਗੇ ਰਹਿੰਦੇ ਹੀ ਆ ਇੰਨੇ ਨੂੰ ਠੀਕ ਆ ਅਤੇ ਉੱਤੇ ਰੱਖਾਂਗੇ ਇੰਨੇ ਬਾਹਰ ਰਹਿਣੇ ਆ ਜੇ ਆਪਾਂ ਇੱਥੇ ਟੰਗਾਈਏ ਤਾਂ ਚੱਕਣ 'ਚ ਆਸਾਨੀ ਹੋ ਜੂਗੀ ਪਿੱਛੇ ਰੱਖਦੇ ਹਾਂ ਨਾ ਚੱਕਣ 'ਚ ਆਸਾਨੀ ਹੋ ਜੂਗੀ ਠੀਕ ਆ ਅਤੇ ਹੁਣ ਸਾਡਾ ਕੰਮ ਹੈ ਆ ਪਹਿਲਾਂ ਇਹਨੂੰ ਸਾਫ਼ ਕਰੀਏ ਅਤੇ ਹੁਣ ਆਪਾਂ ਕੀ ਕਰਨਾ ਇਹਨੂੰ ਸਾਫ਼ ਕਰਨਾ ਗਰਮ ਕਰਨਾ ਅਤੇ ਇਹਨੂੰ ਫਲੈਟ ਕਰਨਾ ਥੋੜ੍ਹਾ ਆਪਾਂ ਇਹਨੂੰ ਰੈਕਟੈਂਗਲ ਸ਼ੇਪ 'ਚ ਲਾਉਣਾ ਵਾ ਠੀਕ ਆ ਚਲੋ ਇੰਨਾ ਕੁਛ ਕਰਨ ਤੋਂ ਬਾਅਦ ਸਾਨੂੰ ਇੱਕ ਜਿਹੜੀ ਮੇਨ ਦਿੱਕਤ ਆਈ ਹੈ ਉਹ ਇਹਨੂੰ ਗਰਮ ਕਰਨ ਦੀ ਆ ਇਹਨੂੰ ਗਰਮ ਕਿੱਦਾਂ ਕਰੀਏ ਗਰਮ ਕਰੀਏ ਇਹਨੂੰ ਦਬਾਈਏ ਕਿੱਦਾਂ ਫਿਰ ਦਬਾ ਤਾਂ ਆਪਾਂ ਫੱਟਿਆਂ ਨਾਲ ਲਵਾਂਗੇ ਇੱਕ ਫੱਟਾ ਲਾ ਕੇ ਉੱਤੇ ਰੱਖ ਕੇ ਇੱਕ ਵਿੱਚ ਪਾ ਕੇ ਨੀਚੇ ਦਬਾ ਦਾਂਗੇ ਉਹ ਤਾਂ ਹੋ ਜੂਗਾ ਬਸ ਹੁਣ ਦਿੱਕਤ ਆਉਂਦੀ ਹੈ ਇਹਨੂੰ ਗਰਮ ਕਰਨ ਦੀ ਮੈਂ ਸੋਚ ਰਿਹਾ ਅੱਗ ਬਾਲੀਏ ਅੱਗ ਬਾਲ ਕੇ ਉਹਦੇ ਉੱਤੇ ਗਰਮ ਕਰਦੇ ਹਾਂ ਇਹਨੂੰ ਫਿਰ ਠੀਕ ਆ ਚਲੋ ਵੇਖਦੇ ਹਾਂ ਕਿੱਦਾਂ ਕਰਦੇ ਹਾਂ ਅਤੇ ਅੱਗ ਬਾਲਣ ਲਈ ਮੈਂ ਸੋਚ ਰਿਹਾ ਆਹ ਲੱਕੜ ਪਈ ਆ ਇਹਨੂੰ ਕੱਟ ਕੱਟ ਕੇ ਛੋਟੇ ਹਿੱਸੇ ਕਰ ਲੈਣਾ ਇਹ ਲੱਕੜ ਠੀਕ ਆ ਇਹਨੂੰ ਵੇਖੋ ਆਹ ਵਾਲੀ ਲੱਕੜ ਆ ਸੋਚ ਰਿਹਾ ਇੱਦੇ ਕਰਕੇ ਛੋਟੇ ਹਿੱਸੇ ਇਹਨੂੰ ਥੋੜ੍ਹਾ ਇੰਨਾ ਕੁ ਕੱਟ ਕੇ ਨਾ ਇੱਥੇ ਹਿੱਸੇ ਕਰਕੇ ਇਹਦੇ ਜਲਾ ਕੇ ਇਹਨੂੰ ਫਿਰ ਉਹਨੂੰ ਗਰਮ ਕਰ ਲੈਂਦੇ ਹਾਂ ਗਰਮ ਕਰਕੇ ਦਬਾਵਾਂਗੇ ਫਿਰ ਉਹਦੇ ਨਾਲ ਠੀਕ ਆ ਉਹਨੂੰ ਤਾਂ ਆਹ ਜ਼ਿਆਦਾ ਸੀ ਲੱਗਣ ਡਿਆ ਦਿਮਾਗ 'ਚ ਆਪਾਂ ਜਲਾ ਲਾਂਗੇ ਉਹਨੂੰ ਪਿਘਲਾ ਵੀ ਲਾਂਗੇ ਥੋੜ੍ਹਾ ਗਰਮ ਕਰੀਏ ਸਭ ਕੁਛ ਕਰ ਪਰ ਦਬਾਵਾਂਗੇ ਕਿੱਦਾਂ ਉਹਨੂੰ ਦਬਾ ਕੇ ਸ਼ੇਪ ਕਿੱਦਾਂ ਲਾਵਾਂਗੇ ਅਤੇ ਮੈਂ ਲੱਕੜ ਲੱਭਣ ਡਿਆ ਸੀ ਅਤੇ ਦੇਖੋ ਮੈਨੂੰ ਕੀ ਲੱਭਿਆ ਆਹ ਪਈ ਆ ਪ੍ਰੋਪਰ ਲੱਕੜ ਠੀਕ ਆ ਇਹਦੇ ਨਾਲ ਆਪਾਂ ਦਬਾ ਸਕਦੇ ਹਾਂ ਉਹਨੂੰ ਆਹ ਚੱਕ ਕੇ ਲੈ ਕੇ ਜਾਂਦੇ ਹਾਂ ਹੁਣ ਲੱਗਾ ਹੈ ਤਾਂ ਆਪਾਂ ਗੱਤਾ ਲੈ ਆਇਆ ਮੈਂ ਇੱਕ ਸੈਕਿੰਡ ਲਾਈਟ ਗੱਤਾ ਲੈ ਕੇ ਆਇਆ ਉਹ ਲੱਕੜ ਟੁੱਟ ਨਹੀਂ ਰਹੀ ਠੀਕ ਆ ਸ਼ੇਵਿੰਗ ਆ ਗਈ ਥੋੜ੍ਹੀ ਇਹਨੂੰ ਬਾਲ ਲਾਂਗੇ ਜਿੱਦਾਂ ਬੱਲੂਗੀ ਉਹ ਤੋਂ ਬਾਅਦ ਕਾਈਟ ਨਾਲ ਚਾਲੂ ਕਰਾਂਗੇ ਮਾਚਿਸ ਮੇਰੀ ਜੇਬ 'ਚ ਪਈ ਆ ਗੱਤਾ ਆ ਗਿਆ ਉਹਨੂੰ ਗਰਮ ਕਰਨਾ ਕਾਫੀ ਆ ਬਸ ਵੇਖੋ ਸਾਡੇ ਹੱਥਾਂ ਦੇ ਹਾਲ ਠੀਕ ਆ ਸਾਡੇ ਹੱਥ ਦਾ ਹੀ ਵੇਖ ਲਓ ਆਹ ਬਣਿਆ ਵਾ ਹੁਣੇ ਮਤਲਬ ਹੁਣੇ ਪੱਕਾ ਨਹੀਂ ਬਣਿਆ ਹੈ ਠੀਕ ਆ ਜੁਗਾੜ ਨਾਲ ਆਪਾਂ ਇਹਨੂੰ ਪਤਲਾ ਕਰਤਾ ਵੇਖੋ ਪਤਲਾ ਕਰਕੇ ਹੁਣ ਨੀਚੇ ਤਾਂ ਸਾਫ਼ ਕਰਨ ਡੇ ਸੀ ਆਹ ਇੱਕ ਲਾਈਨ 'ਤੇ ਆ ਗਿਆ ਮੈਂ ਆਹ ਵਾਲਾ ਨਹੀਂ ਆਇਆ ਇੱਧਰੋਂ ਆਇਆ ਫਿਰ ਸਿੱਧਾ ਆਹ ਬਿਲਕੁਲ ਸਟਰੇਟ ਆ ਆਹ ਕੱਟਿਆ ਸੀ ਨਾ ਅਤੇ ਮੈਂ ਸੋਚ ਰਿਹਾ ਇਹਨੂੰ ਵੀ ਆਪਾਂ ਥੋੜ੍ਹਾ ਜਿਹਾ ਕੱਟ ਕੇ ਬਿਲਕੁਲ ਸਿੱਧਾ ਕਰ ਦਈਏ ਫਿਰ ਇਹਦੇ ਨੀਚੇ ਲਾ ਕੇ ਆਪਾਂ ਸਮਾਨ ਕੁਛ ਫਿਰ ਇਹਨੂੰ ਕੱਪੜੇ ਨਾਲ ਬੰਦ ਕਰ ਦਾਂਗੇ ਫਿਰ ਇਹਨੂੰ ਸਜਾ ਦਾਂਗੇ ਥੋੜ੍ਹਾ ਪੱਥੇ ਵਾਂਗੂ ਬਣਾ ਦਾਂਗੇ ਪੂਰਾ ਕਿ ਪੱਥਾ ਲੱਗੇ ਪੂਰਾ ਹੁਣ ਵੇਖੋ ਦੇਖੋ ਹੁਣ ਇੱਥੇ ਸੀਨ ਕੀ ਹੈ ਮੈਂ ਦੱਸਦਾ ਪਹਿਲਾਂ ਠੀਕ ਆ ਬਣ ਗਿਆ ਠੀਕ ਆ ਮੈਂ ਇਹਨੂੰ ਗਰਮ ਕੀਤਾ ਸੀ ਵੀਡੀਓ ਨਹੀਂ ਬਣ ਰਹੀ ਸੀ ਮੇਰੇ ਕੋਲੋਂ ਭਾਈ ਬਹੁਤ ਟਾਈਮ ਲੱਗਿਆ ਵਾ ਆ ਗਰਮ ਕਰਕੇ ਦੇਖੋ ਮੈਂ ਨਾ ਇਹਦਾ ਐਂਡ ਵਾਲੇ ਨੂੰ ਨਾ ਇੱਦਾਂ ਬੰਦ ਕਰਤਾ ਬਿਲਕੁਲ ਜੋੜਤਾ ਵਾ ਅਤੇ ਇਹਦੇ ਵਿੱਚ ਪਾਈ ਹੋਈ ਆ ਮੈਂ ਸੇਮ ਇੱਦਾਂ ਦਾ ਇੱਕ ਪਾਇਆ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਤੇ ਫੋਮ ਇੱਕ ਸੈਕਿੰਡ ਰੁਕੋ ਟੋਲ ਚਲਾ ਦਿਉ ਆਹ ਵਿੱਚ ਇੱਦਾਂ ਹੀ ਫਰੀ ਭਰੀ ਹੋਈ ਆ ਹੁਣੇ ਤਾਂ ਫੋਮ ਬਾਅਦ 'ਚ ਇਹਨੂੰ ਸਹੀ ਕਰ ਦਾਂਗਾ ਅਤੇ ਹੁਣ ਇੱਦਾਂ ਕਰਨਾ ਵਾ ਮੈਂ ਇੱਥੇ ਇੱਕ ਸੈਕਿੰਡ ਕੀ ਹੋਇਆ ਹਾਂ
ਹੁਣ ਮੈਂ ਕੀ ਕਰਨਾ ਵਾ, ਆਹ ਕੱਪੜਾ ਨਾ ਇਹਦੇ 'ਤੇ ਲਾਉਣਾ, ਉਹ ਤੋਂ ਪਹਿਲਾਂ ਇਹਦੇ ਲਈ ਸਟਰੈਪਸ 'ਤੇ ਜੁਗਾੜ ਕਰਦਾ, ਕੋਈ ਸਟਰੈਪ ਬਣ ਜੇ ਫਿਰ ਉਹ ਤੋਂ ਬਾਅਦ ਦੇਖਾਂਗਾ ਕੀ ਕਰਾਂਗਾ। ਹੁਣ ਵੀਡੀਓ ਬਣ ਰਹੀ ਆ ਕਿਉਂਕਿ ਆਪਾਂ ਬਣਾ ਰਹੇ ਹਾਂ ਆਹ ਆਹ, ਅਤੇ ਸਾਡਾ ਐਡ ਚੱਲ ਰਿਹਾ, ਆਪਾਂ ਐਡ ਵੇਖ ਰਹੇ ਆਰਾਮ ਨਾਲ, ਐਡ ਵੇਖਦੇ ਹੋਏ ਐਨੂ ਪਾਉਣਾ, ਇੱਕ ਸੈਕਿੰਡ ਰੁਕੋ, ਇੱਥੇ ਕੀਤੀ ਹੋਈ ਆ ਦੇਖੋ, ਆਹ ਕੁਛ ਇੱਦਾਂ ਦਾ ਕੁਛ ਲੱਗੂਗਾ, ਠੀਕ ਆ। ਅਤੇ ਇੱਥੇ ਆਪਾਂ ਮਸ਼ੀਨ ਸਟਿਚਿੰਗ ਕੀਤੀ ਆ, ਅਤੇ ਇੱਥੇ ਕਰਨੀ ਆਪਾਂ ਹੈਂਡ ਸਟਿਚਿੰਗ, ਆਹ ਜਿਹੜੀ ਗੈਪ ਦਿੱਤਾ ਹੋਇਆ, ਠੀਕ ਆ, ਅਤੇ ਹੁਣ ਹੈਂਡ ਸਟਿਚਿੰਗ ਕਰਦੇ ਹਾਂ, ਤਾਂ ਦਿਖਾਉਂਦੇ ਹਾਂ। ਦੇਖੋ ਹੁਣ ਸੀਨ ਆ ਵਾ ਕਿ ਆਪਾਂ ਨਾ ਆਹ ਬਣਾ ਲਿਆ, ਇਹਨੂੰ ਸੈੱਟ ਕਰ ਲਿਆ ਵਾ, ਠੀਕ ਆ, ਅਤੇ ਅੱਜ ਦੇ ਅੰਦਰ ਹਲੇ ਡਬਲ ਟਿਪ ਲਾ ਕੇ ਇਹਨੂੰ ਫਿਕਸ ਕਰ ਦਾਂਗੇ। ਅਤੇ ਕੁਛ ਆਹ ਜਿਹੜੀ ਲੱਗਣ ਡਿਆ ਨਾ, ਆਹ ਕੁਛ ਇੱਦਾਂ ਦਾ ਲੱਗਣ ਡਿਆ ਵਾ, ਅਤੇ ਹੁਣ ਸਾਨੂੰ ਆਹ ਚੀਜ਼ ਵੇਖਣੀ ਆ ਜਿਹੜੀ, ਉਹ ਵੇਖਣਾ ਆਹ ਵਾ। ਇੱਕ ਤਾਂ ਆਹ ਵਾਲਾ ਪਲੈਨ ਸੀ ਸਾਡਾ ਕਿ ਇੱਥੇ ਪੋਕਿਟ ਬਣਾ ਲਾਂਗੇ, ਉਹ ਕੈਂਸਲ ਕਰਤਾ ਜੀ, ਬਹੁਤ ਝੰਜਟ ਸੀ ਉਹਦੇ 'ਚ, ਠੀਕ ਆ। ਅਤੇ ਆਹ ਵਾ ਕਿ ਇਹਨੂੰ ਸਾਈਡ 'ਚ ਲਾਉਣ ਵਾਸਤੇ, ਪਤੇ ਪੱਥੇ ਨੂੰ ਸਾਈਡ 'ਚ ਲਾਉਣ ਵਾਸਤੇ ਆ ਕਹਿ ਸਕਦੇ ਹਾਂ, ਨਹੀਂ ਤਾਂ ਇੱਕ ਤਰੀਕਾ ਆ ਵਾ, ਪਿੱਠ 'ਤੇ ਲਾ ਸਕਦੇ ਹਾਂ ਇੱਦਾਂ ਕਰਕੇ, ਕੁਛ ਆਹ ਛਾਤੀ 'ਤੇ ਕੁਛ ਇੱਦਾਂ ਲੱਗੂਗਾ, ਆਹ ਪਿੱਠੇ ਪਿੱਠ 'ਤੇ ਸਾਡੀ ਹੋਊਗੀ, ਉਹ ਇਹਦੇ ਨੂੰ ਸਾਡਾ ਪੱਥਾ ਇੱਥੇ ਹੋਣਾ, ਠੀਕ ਆ। ਅਤੇ ਕੁਛ ਡਰਾਇੰਗ ਖਰਾਬ ਮੇਰੀ, ਮੈਂ ਸੋਚ ਰਿਹਾ ਆਹ ਬਣਾਈਏ। ਚਲੋ ਆਪਾਂ ਲੈ ਆਏ ਆਪਣਾ ਜਿਹੜਾ ਸਮਾਨ ਸਾਨੂੰ ਚਾਹੀਦਾ ਸੀ, ਉਹ ਇੱਕ ਤਾਂ ਆਪਾਂ ਲੈ ਆ ਬੱਕਲ, ਠੀਕ ਆ, ਆਊਗਾ ਇੱਥੇ ਪੇਟ 'ਤੇ ਆਉਣਾ ਹੈ, ਅਤੇ ਇੱਕ ਇੱਥੇ ਇੱਦਾਂ ਇੱਦਾਂ ਰੱਖ ਕੇ, ਠੀਕ ਆ, ਇੱਕ ਨੀਚੋਂ ਆਊਗੀ, ਇੱਕ ਦੇਖੋ ਇੱਕ ਆਊਗਾ ਇੱਧਰ ਨੂੰ ਆਪਾਂ ਪਾਉਂਦੇ ਹਾਂ, ਠੀਕ ਆ, ਉਹਦੇ ਉੱਤੇ ਆਪਾਂ ਇੱਕ ਲਾਵਾਂਗੇ ਆਪ, ਫਿਰ ਇੱਧਰੋਂ ਆਊਗਾ ਇੱਕ, ਉਹਦੇ ਉੱਤੇ ਦੂਜਾ ਲੱਗੂਗਾ, ਅਤੇ ਦੋਵੇਂ ਅਟੈਚ ਹੋਣਗੇ, ਅਤੇ ਵਿੱਚ ਬਣੂਗਾ ਟ੍ਰਾਇੰਗਲ, ਠੀਕ ਆ। ਇੱਕ ਵਾਰ ਬਣਾ ਲਈਏ ਵੇ ਤੈਨੂੰ ਦੱਸਦੇ ਹਾਂ। ਹੁਣ ਦੇਖੋ ਪਲੈਨ ਕੀ ਆ, ਆਹ ਮਾਗ ਲੱਗੇ ਹੋਏ ਆ, ਠੀਕ ਆ, ਆਹ ਦੋਵਾਂ 'ਚ ਨਾ ਇੰਨਾ ਕੁ ਗੈਪ ਰੱਖ ਕੇ ਆਪਾਂ ਇੱਥੇ ਰੱਖ ਕੇ ਸਿਲਾਈ ਮਰਵਾ ਦੇਣੀ ਆ, ਠੀਕ ਆ। ਫਿਰ ਸਿਲਾਈ ਮਰਵਾ ਕੇ ਜਦੋਂ ਸਿਲਾਈ ਜੁੜ ਜੂਗੀ, ਅਤੇ ਇਹਨੂੰ ਇੱਦਾਂ ਕਰ ਦੇਣਾ, ਠੀਕ ਆ, ਅਤੇ ਇਹਨੂੰ ਇਨਸਾਈਡ ਆਊਟ ਕਰ ਦੇਣਾ ਖਿੱਚ ਕੇ, ਠੀਕ ਆ, ਇੱਦਾਂ ਲਾਵਾਂਗੇ ਸਿਲਾਈ, ਫਿਰ ਇਹਨੂੰ ਇਨਸਾਈਡ ਆਊਟ ਕਰਕੇ ਨਾ ਇੱਦਾਂ ਰੱਖ ਕੇ, ਇੱਕ ਇੱਦਾਂ ਕਰ ਦਾਂਗੇ ਜਿਹਦੇ ਨਾਲ ਸਿਲਾਈ ਵੀ ਨਹੀਂ ਦਿਸਣੀ, ਅਤੇ ਪਤਾ ਵੀ ਨਹੀਂ ਲੱਗੂਗਾ ਸਿਲਾਈ ਲੱਗੀ ਆ, ਅਤੇ ਸੋਹਣਾ ਵੀ ਲੱਗੂਗਾ ਦੇਖਣ 'ਚ, ਠੀਕ ਆ, ਇੱਦਾਂ ਕੁਛ। ਚਲ ਸੋ ਫਾਈਨਲੀ ਬਣ ਗਿਆ ਵਾ, ਠੀਕ ਆ, ਜਦੋਂ ਛੇਟਾਂਗਾ ਕੁਛ ਇੱਦਾਂ ਲੱਗੂਗਾ, ਠੀਕ ਆ। ਅਤੇ ਆਹ ਬਣਾਇਆ ਹੋਇਆ ਆਪਾਂ, ਅਤੇ ਇਹਦੇ 'ਚ ਤੀਰ ਪਾਉਣੇ ਆ, ਅਤੇ ਆਪਾਂ ਤੀਰ ਹਲੇ ਬਣਾਉਣੇ ਆ, ਹੋਰ ਪੰਜ ਬੜੇ ਆ ਹੋਰ ਬਣਾਵਾਂਗੇ, ਉਹਦੀ ਵੀ ਵੀਡੀਓ ਆਊਗੀ ਬਣਾਉਂਦੇ ਹੋਏ ਦੀ, ਆਹ ਦੱਸੋਗੇ ਤੁਹਾਨੂੰ ਲੱਗਣ ਡਿਆ। ਹੁਣ ਆਪਾਂ ਭਰਾ ਕੋਲ ਆਏ ਜੀ, ਆ ਰਿਹਾ ਇਹਦੇ ਕੋਲ ਪੁੱਛਣਾ ਸੀ ਆਪਾਂ ਤੀਰਾਂ ਬਾਰੇ, ਤੀਰ ਸਾਨੂੰ ਲੱਭਣ ਨਹੀਂ ਡੇ, ਤੀਰਾਂ ਬਾਰੇ ਪੁੱਛਣਾ ਸੀ ਕਿਉਂਕਿ ਮੈਨੂੰ ਤਾਂ ਤੀਰ ਦੇ ਟਿਕਸ ਨੇ ਲੱਭਣ ਡੇ ਬਣਾਉਣ ਵਾਸਤੇ, ਅਤੇ ਅਗਲੀ ਵੀਡੀਓ ਉਹਦੇ ਦੀ ਲਾਉਣੀ ਸੀ। ਅਤੇ ਹੁਣ ਸੋਚਿਆ ਇੱਕ ਭਰਾ ਆ ਦਿੱਲੀ ਦੀ ਫੌਜ ਆ, ਉਹ ਬਣਾਉਂਦੀ ਨਾ ਚਮਨਦੀਪ ਸਿੰਘ, ਚਮਨਦੀਪ ਸਿੰਘ, ਚਲੋ ਉਹ ਬਾਈ ਕੋਲ ਪੁੱਛਦੇ ਹਾਂ ਜੇ ਮਿਲਦੇ ਆ, ਫਿਰ ਅਗਲੀ ਵੀਡੀਓ ਆ ਜੂਗੀ ਅਗਲੇ ਹਫ਼ਤੇ ਦਾ, ਉਹ ਤਾਂ ਕੁਝ ਜ਼ਿਆਦਾ ਹੀ ਆ, ਵੀਡੀਓ ਆਹ ਮਹੀਨੇ ਬਾਅਦ ਜਾਣ ਡਈ ਆ। ਅਤੇ ਹਾਂ ਆਹ ਵੀਡੀਓ ਕਰਦੇ ਹਾਂ ਪੂਰੀ, ਜੇ ਪੱਥਾ ਸਹੀ ਲੱਗਿਆ ਹੋਵੇ ਤਾਂ ਕਰ ਦਿਓ, ਉਹ ਤੋਂ ਪਹਿਲਾਂ ਤੁਹਾਨੂੰ ਨਾ ਇਹ ਦੁਕਾਨ ਦਿਖਾ ਦਈਏ, ਠੀਕ ਆ, ਭਰਾ ਦੀ ਆਪਣੇ ਦਿਖਾਈਏ,
ਬਾਹਰ ਦੀ ਬਾਹਰੋਂ ਦਿਖਾਈ ਜੇ ਵੀਡੀਓ ਪਸੰਦ ਆਈ ਤਾਂ ਦੱਸ ਦਿਓ ਸਾਨੂੰ ਵੀ, ਬਾਕੀ ਦੁਕਾਨ ਵੀ ਪਸੰਦ ਆਈ ਤਾਂ ਸਬਸਕ੍ਰਾਈਬ ਕਰ ਦਿਓ ਠੀਕ ਆ। ਅਤੇ ਜੇ ਕੋਈ ਦਿੱਕਤ ਹੋਵੇ ਪੱਥਾ ਬਣਾਉਣ 'ਚ ਤਾਂ ਮੈਨੂੰ ਇੰਸਟਾ 'ਤੇ ਮੈਸੇਜ ਕਰ ਸਕਦੇ ਹੋ, ਆਈ ਡੀ ਆ ਵੀ ਹੋਊਗੀ ਨੀਚੇ, ਇੱਥੇ ਦਿਖਾ ਦਾਂਗਾ ਮੈਂ ਲਿਖਿਆ ਹੋਇਆ, ਮੇਰੀ ਵੀ ਆ ਜਾਊਗੀ, ਮੇਰੀ ਵੀ ਆ ਜਾਏਗੀ। ਅਗਰ ਤੁਹਾਨੂੰ ਆਈਸਕ੍ਰੀਮ ਤੋਂ ਰਿਲੇਟਿਡ ਕੋਈ ਪੁੱਛਣਾ ਹੋਵੇ ਤਾਂ ਮੈਨੂੰ ਮੈਸੇਜ ਕਰ ਦਿਓ ਠੀਕ ਆ। ਤਾਂ ਚਲੋ ਇਹ ਖਾਲਸਾ ਜੀ ਫਤਿਹ, ਅਗਲੀ ਵੀਡੀਓ 'ਚ ਮਿਲਦੇ ਹਾਂ।